ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ 'ਤੇ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਇਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਆਪਣਾ ਨੋਲਾ ਉਸ ਦਾ ਕੇਸ ਸ਼ਹਿਰ ਦੇ ਵਿੱਚ ਅਪਲਾਈ ਕੀਤਾ ਹੈ। ਇਸ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਇਟਲੀ ਦੀ ਇਮੀਗ੍ਰੇਸ਼ਨ 18 ਮਾਰਚ ਨੂੰ, 21 ਮਾਰਚ ਨੂੰ ਅਤੇ 25 ਮਾਰਚ ਨੂੰ ਤੁਸੀਂ ਇਟਲੀ ਦੇ ਕਿਹੜੇ ਸ਼ਹਿਰ ਦੇ ਵਿੱਚ ਆਪਣਾ ਨੋਲਾ ਉਸ ਦਾ ਅਪਲਾਈ ਕੀਤਾ, ਆਪਣਾ ਵਰਕ ਵੀਜ਼ਾ ਅਪਲਾਈ ਕੀਤਾ। ਅਤੇ ਦੂਜੇ ਨੰਬਰ 'ਤੇ ਇੱਕ ਗੱਲ ਇਹ ਦੱਸਿਓ ਕਿ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ ਹੈ, ਜਿਹੜਾ ਨੋਲਾ ਉਸ ਦਾ ਵੇ, ਬਗੈਰ ਏਜੰਟ ਤੋਂ ਅਪਲਾਈ ਕੀਤਾ ਜਾਂ ਫਿਰ ਏਜੰਟ ਦੀ ਹੈਲਪ ਲੈ ਕੇ ਅਪਲਾਈ ਕੀਤਾ, ਥੱਲੇ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸਿਓ। ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਇੰਸਟਾਗ੍ਰਾਮ ਦੀ ਆਈ ਡੀ ਦਾ ਲਿੰਕ ਥੱਲੇ ਚੱਲਦਾ ਹੋਣਾ ਅਤੇ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ ਹਜੇ ਤੱਕ ਤਾਂ ਪਲੀਜ਼ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ। ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਇੰਸਟਾਗ੍ਰਾਮ 'ਤੇ ਹੁੰਦੀ ਹੈ। ਅਤੇ ਦੂਜਾ ਇੰਸਟਾਗ੍ਰਾਮ ਦਾ ਇਹ ਫਾਇਦਾ ਵੇ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਡਾਇਰੈਕਟ। ਲਓ ਜੀ ਵੀਰੋ, ਅੱਜ ਅਸੀਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਨੋਲੇ ਉਸ 'ਤੇ ਨਿਕਲਣ ਡੇ ਨੇ। ਲਾਈਕ 2023 ਵਾਲੇ, 2024 ਵਾਲਿਆਂ ਦੀ ਗੱਲ ਕਰਾਂਗੇ, ਮਾਰਚ ਦੇ ਮਹੀਨੇ ਦੇ ਵਿੱਚ ਜਿਹੜੇ ਅਪਲਾਈ ਹੋਏ ਨੇ ਉਹਨਾਂ ਦੀ ਗੱਲ ਕਰਾਂਗੇ ਕਿ ਉਹ ਕਦੋਂ ਤੱਕ ਨਿਕਲਣਾ ਸ਼ੁਰੂ ਹੋਣਗੇ, ਸੋਰੀ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜਿਹੜੇ 2023 ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਨੋਲੇ ਉਸ 'ਤੇ ਅਪਲਾਈ ਹੋਏ ਨੇ ਇਸ ਟਾਈਮ, ਅੱਜ 5 ਮੇ ਵੇ, ਅਤੇ ਅੱਜ ਦੇ ਦਿਨ ਕਿਹੜੇ ਕਿਹੜੇ ਨੋਲਾ ਉਸ ਦਾ ਨਿਕਲਣ ਡੇ ਨੇ, ਇਹਦੀ ਗੱਲ ਕਰਾਂਗੇ ਅਸੀਂ ਵੀਡੀਓ ਰਵੈਂਟ ਤੱਕ ਚੱਕਿਓ। ਲਓ ਜੀ ਵੀਰੋ, ਮੇਰੇ ਕੋਲ ਕੰਪਲੀਟ ਰਿਕਾਰਡ ਵੇ ਲਾਸਟ ਵੀਕ ਦੇ ਵਿੱਚ ਹੁਣ ਜੀ ਮੈਂ ਲਾਸਟ ਵੀਡੀਓ ਬਣਾਈ ਹੈ, ਜੇ ਤੁਸੀਂ ਨਹੀਂ ਵੇਖੀ ਤਾਂ ਉਸ ਵੀਡੀਓ ਨੂੰ ਜਾ ਕੇ ਵੇਖ ਸਕਦੇ ਹੋ। ਲਓ ਜੀ ਵੀਰੋ, ਗੱਲ ਕਰਨੇ ਹਾਂ ਅਸੀਂ ਇਸ ਟਾਈਮ ਜਿਹੜੀ ਸੂਰਤ ਹਾਲ ਬਣੀ ਹੈ ਅਸਲ ਨੋਲਾ ਉਸ ਦਾ ਦੀ, ਉਹ ਇਸ ਤਰ੍ਹਾਂ ਬਣੀ ਹੈ ਕਿ ਸਾਡੇ ਕੁਛ ਇੰਡੀਅਨ ਵੀਰ ਨੇ, ਕੁਛ ਪਾਕਿਸਤਾਨੀ ਵੀਰ ਨੇ ਜਿਨ੍ਹਾਂ ਦੇ ਨੋਲਾ ਉਸ ਦਾ ਜਿਹੜੇ ਨੇ ਉਹ ਇਸ਼ੂ ਹੋਣ ਡੇ ਨੇ। ਅਸੀਂ ਲਾਈਕ ਇੰਡੀਅਨ ਵੀਰਾਂ ਦੀ ਗੱਲ ਕਰੀਏ, ਆਪਣੇ ਇੰਡੀਅਨ ਵੀਰ ਜਿਹੜੇ ਨੇ 2023 ਦਸੰਬਰ ਦੇ ਮਹੀਨੇ ਦੇ ਵਿੱਚ 4 ਤਰੀਕ ਨੂੰ ਜਿਹੜੇ ਨੋਲੇ ਉਸ 'ਤੇ ਅਪਲਾਈ ਹੋਏ ਨੇ ਸੀਜ਼ਨਲ, ਉਹ ਇਸ਼ੂ ਹੋਏ ਨੇ, ਬਟ ਅੱਜ ਦੀ ਡੇਟ ਦੇ ਵਿੱਚ ਨਹੀਂ। ਇਹ ਨੋਲੇ ਉਸ 'ਤੇ ਇਸ਼ੂ ਹੋਏ ਨੇ ਅਪ੍ਰੈਲ ਦੇ ਫਸਟ ਵੀਕ ਦੇ ਵਿੱਚ ਇਸ਼ੂ ਹੋਏ ਨੇ। ਹਾਲਾਂਕਿ ਮੈਂ ਪ੍ਰਡਿਕਟ ਕੀਤਾ ਸੀ ਕਿ ਸੀਜ਼ਨਲ ਨੋਲੇ ਉਸ 'ਤੇ ਇਸ਼ੂ ਨਹੀਂ ਹੋਣੇ ਹੈ, ਬਟ ਮੇਰੀ ਪ੍ਰਡਿਕਟ ਜਿਹੜੀ ਉਹ ਗਲਤ ਹੋਈ ਅਤੇ ਨੋਲੇ ਉਸ 'ਤੇ ਇਸ਼ੂ ਹੋਏ ਨੇ ਸੀਜ਼ਨਲ ਨੋਲੇ ਉਸ ਜਿਹੜੇ ਕਿ 4 ਦਸੰਬਰ 2023 ਨੂੰ ਅਪਲਾਈ ਹੋਏ ਸਨ। ਇਹ ਗੱਲ ਹੋ ਗਈ। ਦੂਜੇ ਨੰਬਰ ਦੇ ਵੀਰੋ, ਕਿੰਨੇ ਨੋਲੇ ਉਸ 'ਤੇ ਇਸ਼ੂ ਹੋਏ ਨੇ ਅਤੇ ਸੀਜ਼ਨਲ ਨੋਲੇ ਉਸ 'ਤੇ ਜਿਹੜੇ ਨੇ ਉਹ ਵੀਰੋ ਹੋਏ ਨੇ 18 ਅਤੇ ਨੋਨ ਸੀਜ਼ਨਲ ਨੋਲੇ ਉਸ 'ਤੇ ਜਿਹੜੇ ਨੇ ਉਹ ਹੋਏ ਨੇ 21, ਬਟ ਫਿਰ ਵੀ ਨੋਨ ਸੀਜ਼ਨਲ ਨੋਲੇ ਉਸ 'ਤੇ ਬਹੁਤੇ ਇਸ਼ੂ ਹੋਏ ਨੇ। ਇਹ ਵੀ ਇੰਡੀਅਨ ਵੀਰਾਂ ਦੀ ਗੱਲ ਹੈ। ਪਾਕਿਸਤਾਨੀ ਵੀਰਾਂ ਦੀ ਗੱਲ ਕਰਾਂ ਵੀਰੋ, ਅਤੇ ਪਾਕਿਸਤਾਨੀ ਵੀਰਾਂ ਦੀ ਜਿਹੜੀ ਇਸ ਟਾਈਮ ਸੂਰਤ ਹਾਲ ਹੈ ਕੁਛ ਇਸ ਤਰ੍ਹਾਂ ਵੀ ਕਿ ਪਾਕਿਸਤਾਨੀ ਨੋਲਾ ਉਸ ਤਾਂ ਇਟਲੀ ਤੋਂ ਕਢਵਾਉਣ ਤੋਂ ਵੀ ਡਰਦੇ ਨੇ। ਉਹਦਾ ਰੀਜ਼ਨ ਕੀ ਹੈ ਮੈਂ ਪਹਿਲਾਂ ਦੱਸਦਾ, ਕਿੰਨੇ ਨੋਲਾ ਉਸ ਦਾ ਇਸ਼ੂ ਹੋਏ ਨੇ। ਅਸੀਂ ਮਈ ਦੀ ਗੱਲ ਕਰੀਏ, ਅੱਜ 5 ਮਈ ਹੋ ਗਏ ਅਤੇ ਆਲਮੋਸਟ ਨਾ ਕੋਈ ਕਨਫਰਮ ਤਾਂ ਨਹੀਂ, ਬਟ ਜਿਹੜੇ ਕਨਫਰਮ ਨੇ ਉਹ 4 ਨੇ ਅਤੇ ਜਿਹੜੇ ਮਤਲਬ ਕਿ ਨਾਨ ਕਨਫਰਮ ਨੇ, ਵੱਖ ਵੱਖ ਥਾਵਾਂ ਤੋਂ ਜਿਹੜੀ ਇਨਫੋਰਮੇਸ਼ਨ ਲੱਭੀ ਹੈ ਉਹ 41 ਨੋਲਾ ਉਸ ਦਾ, 41 ਨੋਲਾ ਉਸ ਦਾ। ਪਾਕਿਸਤਾਨੀ ਵੀਰ ਕਿਉਂ ਡਰਦੇ ਨੇ? ਪਾਕਿਸਤਾਨੀ ਵੀਰ ਇਸੇ ਵਜ੍ਹਾ ਤੋਂ ਡਰਦੇ ਨੇ ਕਿ ਐਮਬੈਸੀ ਤੋਂ ਅਪੁਆਇੰਟਮੈਂਟ ਨਹੀਂ ਲੱਭਦੀ ਹੈ। ਪਾਕਿਸਤਾਨੀ ਵੀਰਾਂ ਦੀ ਬਹੁਤ ਹੀ ਵੱਡੀ ਇਹ ਸੂਰਤ ਹਾਲ ਮੁਸ਼ਕਲ ਬਣੀ ਹੈ ਕਿ ਅਪੁਆਇੰਟਮੈਂਟਾਂ ਨਹੀਂ ਲੱਭਣ ਡਈਆਂ ਹੈ। ਇਹ ਗੱਲ ਹੈ, ਅਪੁਆਇੰਟਮੈਂਟਸ ਲੱਭ ਜਾਣ ਅਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ, ਬਹੁਤ ਹੀ ਸੌਖੇ ਤਰੀਕੇ ਦੇ ਨਾਲ ਪਾਕਿਸਤਾਨੀ ਜਾ ਸਕਦੇ ਨੇ। ਪਾਕਿਸਤਾਨ ਦੇ ਵਿੱਚ ਮੋਸਟਲੀ ਜਿਹੜੀ ਇਸ ਟਾਈਮ
ਸਿਚੁਏਸ਼ਨ ਬਣੀ ਉਹ ਇਹ ਬਣੀ ਕਿ ਨੋਲਾ ਉਸ ਤੇ ਨਿਕਲ ਆਉਂਦਾ ਬਟ ਅਪੁਆਇੰਟਮੈਂਟ ਨਹੀਂ ਲੱਭਦੀ ਹੈ, ਬਹੁਤ ਹੀ ਮੁਸ਼ਕਲ ਬਣੀ ਹੈ। ਹਰ ਇੱਕ ਵੀਰ ਨੂੰ ਮੇਰੀ ਜਿਹਦੇ ਨਾਲ ਵੀ ਗੱਲ ਹੁੰਦੀ ਉਹ ਇਹ ਗੱਲ ਕਹਿੰਦਾ ਕਿ ਸਾਡਾ ਨੋਲਾ ਉਸ ਦਾ ਨਿਕਲਿਆ 4 ਮਹੀਨੇ ਹੋ ਗਏ ਨੇ ਜਾਂ 6 ਮਹੀਨੇ ਹੋ ਗਏ ਨੇ, ਜਾਂ ਫਿਰ ਅਸੀਂ ਨੋਲਾ ਉਸ ਦਾ ਯਤੀਕਰਾਂ ਇਟਲੀ ਤੋਂ ਆਪਣੇ ਏਜੰਟ ਦੇ ਕੋਲੋਂ ਭਾਰ ਹੀ ਨਹੀਂ ਪਾਇਆ ਕਿਉਂਕਿ ਪਾਕਿਸਤਾਨ ਦੇ ਵਿੱਚ ਅਪੁਆਇੰਟਮੈਂਟਾਂ ਨਹੀਂ ਲੱਭਣ ਡਈਆਂ। ਈਵਨ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਫੈਮਿਲੀ ਨੋਲਾ ਉਸ ਤਾਂ ਨੇ ਉਹਨਾਂ ਦੀਆਂ ਵੀ ਅਪੁਆਇੰਟਮੈਂਟਾਂ ਨਹੀਂ ਲੱਭਣ ਡਈਆਂ ਹੈ। ਮੈਂ ਕੁਛ ਐਸੇ ਵੀਰ ਵੇਖੇ ਨੇ ਜਿਨ੍ਹਾਂ ਦਾ ਫੈਮਿਲੀ ਨੋਲਾ ਉਸ ਦਾ 2019 ਦੇ ਵਿੱਚ ਦਾ ਅਪਰੂਵ ਹੋ ਗਿਆ ਅਤੇ 2024 5 ਸਾਲਾਂ ਦੇ ਵਿੱਚ ਕੋਈ ਵੀ ਅਪੁਆਇੰਟਮੈਂਟ ਨਹੀਂ ਲੱਭੀ ਹੈ। ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਟਲੀ ਦੀ ਅੰਬੈਸੀ ਪਾਕਿਸਤਾਨ ਦੇ ਵਿੱਚ ਜਿਹੜੀ ਉਹ ਕਿੱਡੀ ਸਲੋ ਕੰਮ ਕਰਨ ਡਈ ਹੈ। ਉਸ ਤੋਂ ਬਾਅਦ ਵੀਰੋ ਅਸੀਂ ਗੱਲ ਕਰਾਂਗੇ ਕਿ ਜੇ ਕੋਈ ਹੁਣ ਵੀਰ ਵੇਟ ਕਰਨ ਡਿਆ ਵੇ 2023 ਵਾਲੇ ਨੋਲਾ ਉਸਤਾ ਦਾ ਤਾਂ ਉਹਨੂੰ ਕਿੰਨਾ ਕੁ ਹੋਰ ਵੇਟ ਕਰਨਾ ਪੈ ਸਕਦਾ ਵੇ। 2023 ਵਾਲੇ ਜਿਹੜੇ ਨੋਲਾ ਉਸਤਾ ਨੇ ਉਹ ਆਈ ਥਿੰਕ ਮੈਨੂੰ ਇੰਝ ਲੱਗਦਾ ਵੇ ਕਿ ਬਹੁਤ ਘੱਟ ਚਾਂਸ ਨੇ, ਹੁਣ ਵੀ ਮੈਂ ਇਹ ਗੱਲ ਦਿਆਂ ਕਿ ਬਹੁਤ ਘੱਟ ਚਾਂਸ ਨੇ ਕਿ ਸੀਜ਼ਨਲ ਨੋਲਾ ਉਸਤਾ ਇਸ਼ੂ ਹੋਣ। ਜੇ ਤੁਹਾਡਾ ਏਜੰਟ ਕਹਿਣ ਡਿਆ ਵੇ ਤਾਂ ਉਹਦੇ ਨਾਲ ਪੱਕੀ ਇੱਕ ਲਾਈਕ ਡੇਟ ਕਨਫਰਮ ਕਰ ਲਓ ਜੂਨ ਦੀ ਜੁਲਾਈ ਦੀ ਕਿ ਇਹ ਡੇਟ ਮੈਨੂੰ ਦੇ ਦੇ ਕਿ ਇਹ ਡੇਟ ਤੋਂ ਪਹਿਲਾਂ ਨੋਲਾ ਉਸ ਤਾਂ ਨਿਕਲ ਆਏਗਾ, ਉਦੋਂ ਬਾਅਦ ਮੈਂ ਵੇਟ ਨਹੀਂ ਕਰਨਾ ਹੈ। ਅਤੇ ਬਿਲਕੁਲ ਹੋਣਾ ਵੀ ਇੰਝ ਚਾਹੀਦਾ ਜੇ ਤੁਸੀਂ ਕਿਸੇ ਵੀ ਏਜੰਟ ਦੇ ਨਾਲ ਗੱਲ ਕਰਦੇ ਹੋ, ਹੋਣਾ ਵੀ ਬਿਲਕੁਲ ਇੰਝ ਚਾਹੀਦਾ। ਉਸ ਤੋਂ ਬਾਅਦ ਅਸੀਂ ਗੱਲ ਕਰਨੀ ਆ ਕਿ ਜੇ ਲਾਈਕ ਤੁਹਾਡਾ ਨੋਲਾ ਉਸ ਤਾਂ ਨਿਕਲ ਆਇਆ ਅਤੇ ਅਪੁਆਇੰਟਮੈਂਟ ਲਵੋ ਅਤੇ ਆਪਣਾ ਇੰਟਰਵਿਊ ਦਵੋ ਅਤੇ ਵੀਜ਼ਾ ਆਪਣਾ ਤੁਹਾਡਾ ਆਈ ਹੋਵੇਗਾ 2 ਵੀਕ ਦੇ ਵਿੱਚ, ਮੈਕਸ ਟੂ ਮੈਕਸ 3 ਵੀਕ ਲੱਗ ਸਕਦੇ ਨੇ। ਬਟ ਨੋਲਾ ਉਸਤਾ ਤੋਂ ਬਾਅਦ ਵਰਕ ਵੀਜ਼ਾ ਜਿਹੜਾ ਪ੍ਰੋਸੀਜਰ ਬਹੁਤ ਹੀ ਫਾਸਟ ਹੈ ਪਾਕਿਸਤਾਨ ਦੇ ਵਿੱਚ ਵੀ ਅਤੇ ਇੰਡੀਆ ਦੇ ਵਿੱਚ ਵੀ। ਹੋਰ ਤੁਹਾਡਾ ਕੋਈ ਵੀ ਸਵਾਲ ਹੈ ਨੋਲਾ ਉਸਤਾ ਦੇ ਰਿਲੇਟਿਡ, ਇਟਲੀ ਵਰਕ ਪਰਮਿਟ, ਸੀਜ਼ਨਲ ਨੋਨ ਸੀਜ਼ਨਲ, ਐਗਰੀਕਲਚਰ, 9 ਮਹੀਨਿਆਂ ਵਾਲੇ ਪੇਪਰਾਂ ਦੇ ਰਿਲੇਟਿਡ, 1 ਸਾਲ ਵਾਲੇ ਪੇਪਰਾਂ ਦੇ ਰਿਲੇਟਿਡ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਇੰਸਟਾਗ੍ਰਾਮ ਜਿਹੜਾ ਉਹ ਥੱਲੇ ਚੱਲਦਾ ਹੋਣਾ ਵੇ, ਇੰਸਟਾਗ੍ਰਾਮ ਨੂੰ ਜ਼ਰੂਰ ਤੁਸੀਂ ਫੋਲੋ ਕਰਨਾ। ਇੰਸਟਾਗ੍ਰਾਮ ਨੂੰ ਫੋਲੋ ਕਰਨ ਦਾ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਇੰਸਟਾਗ੍ਰਾਮ 'ਤੇ ਆਈਏਗਾ, ਅਤੇ ਦੂਜੇ ਨੰਬਰ 'ਤੇ ਇੰਸਟਾਗ੍ਰਾਮ ਤੋਂ ਤੁਸੀਂ ਡਾਇਰੈਕਟ ਮੇਰੇ ਨਾਲ ਕਾਲ 'ਤੇ ਵੀ ਗੱਲਬਾਤ ਕਰ ਸਕਦੇ ਹੋ ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ। ਅਤੇ ਬਾਕੀ ਰਹੀ ਗੱਲ ਨੋਲਾ ਉਸਤਾ ਦੀ, ਉਹ ਮੈਂ ਤੁਹਾਨੂੰ ਨਾਲ ਨਾਲ ਦੱਸਦੇ ਰਹਾਂਗਾ। ਜੇ ਤੁਹਾਡੇ ਵਿੱਚ ਕੋਈ ਵੀ ਵੀਰ ਆਪਣਾ ਨੋਲਾ ਉਸਤਾ ਮੈਨੂੰ ਚੈੱਕ ਕਰਵਾਉਣਾ ਚਾਹੁੰਦਾ ਵੇ ਕਿ ਇਹ ਏਜੰਟ ਨੇ ਨੋਲਾ ਉਸਤਾ ਮੈਨੂੰ ਸਬਮਿਟ ਕੀਤਾ ਵੇ, ਕਿਹਾ ਤੇਰਾ ਨੋਲਾ ਉਸਤਾ ਵੇ, ਕਿ ਸਾਨੂੰ ਦੱਸੋ ਇਸ ਨੋਲਾ ਉਸਤਾ ਦੇ ਵਿੱਚ ਲਾਈਕ ਜੈਨੂਇਨ ਜਾਂ ਫਿਰ ਫੇਕ ਹੈ, ਉਹ ਵੀ ਤੁਸੀਂ ਮੇਰੇ ਕੋਲ ਜਿਹੜਾ ਨਾ ਉਹ ਇੰਸਟਾਗ੍ਰਾਮ 'ਤੇ ਆਪਣਾ ਨੋਲਾ ਉਸਤਾ ਸੈਂਡ ਕਰਕੇ ਅਤੇ ਲੈ ਸਕਦੇ ਹੋ। ਅਤੇ ਰਹੀ ਗੱਲ ਲਾਸਟ ਵਿੱਚ ਇੰਸਟਾਗ੍ਰਾਮ 'ਤੇ ਲਾਈਵ ਆਉਣ ਦੀ, ਅਤੇ ਮੈਂ ਤਕਰੀਬਨ 3 ਤੋਂ 4 ਵਾਰ ਇੰਸਟਾਗ੍ਰਾਮ 'ਤੇ ਲਾਈਵ ਆਇਆ ਵਾਂ। ਅਨਫੋਰਚੁਨੇਟਲੀ ਇੱਥੇ ਦਾ ਅਤੇ ਇੰਡੀਆ ਪਾਕਿਸਤਾਨ ਦਾ ਟਾਈਮ ਮੈਚ ਨਹੀਂ ਹੁੰਦਾ ਹੈ, ਜਿਹਦੇ ਕਰਕੇ ਆਪਣਾ ਜ਼ਿਆਦਾ ਵੀਰ ਨਹੀਂ ਜੁੜਦੇ ਲਾਈਵ 'ਤੇ, ਅਤੇ ਜਿਹਦੇ ਕਰਕੇ ਮੈਂ ਉਹ ਲਾਈਵ ਵਾਲਾ ਜਿਹੜਾ ਸਿਸਟਮ ਉਹਨੂੰ ਟੋਟਲੀ ਕੈਂਸਲ ਕਰ ਛੱਡਿਆ। ਬਹਰਹਾਲ ਉਹਦਾ ਫਾਇਦਾ ਬੜਾ ਹੁੰਦਾ ਸੀ, ਜਿੰਨੇ ਵੀ ਵੀਰ ਆਉਂਦੇ ਹਨ 10-15-20-25 ਜਿੰਨੇ ਵੀ ਵੀਰ ਆਉਂਦੇ ਸਨ ਉਹਨਾਂ ਸਾਰੇ ਵੀਰਾਂ ਦੇ ਉੱਥੇ ਲਾਈਵ ਦੇ ਵਿੱਚ ਹੀ ਆਪਣਾ ਜਾਂ ਤਾਂ ਉਹਨੂੰ ਕਾਲ ਦੇ ਵਿੱਚ ਐਡ ਕਰ ਲਿਆ ਜਾਂਦਾ ਸੀ ਜਾਂ ਫਿਰ ਉਹਨਾਂ ਨੂੰ ਡਾਇਰੈਕਟ ਰਿਪਲਾਈ ਦਿੱਤਾ ਜਾਂਦਾ ਸੀ, ਅਤੇ ਉਹ ਬੜਾ ਸੌਖਾ ਕੰਮ ਸੀ। ਅਤੇ ਬਟ ਮੈਂ ਕੋਸ਼ਿਸ਼ ਕਰਨ ਡਿਆ ਵਾਂ ਕਿ ਜਿਹੜਾ ਲਾਈਵ ਸੈਸ਼ਨ ਮੈਂ ਇੰਸਟਾਗ੍ਰਾਮ 'ਤੇ ਕਰਨਾ ਵਾ ਉਹੀ ਲਾਈਵ ਸੈਸ਼ਨ ਮੈਂ ਵੀਕ ਦੇ ਵਿੱਚ 1 ਵਾਰ ਯੂਟਿਊਬ 'ਤੇ ਆ ਕੇ ਕਰ ਲਿਆ ਕਰਾਂ। ਅਤੇ ਜੇ ਤੁਹਾਡੇ ਵਿੱਚ ਕੋਈ ਵੀ ਵੀਰ ਐਗਰੀ ਕਰਦਾ ਥੱਲੇ ਯੈਸ ਜ਼ਰੂਰ ਲਿਖੇ, ਥੱਲੇ ਕਮੈਂਟ ਬੋਕਸ ਦੇ ਵਿੱਚ ਆਪਣੇ ਸਿਟੀ ਦਾ ਨਾਂ, ਅਤੇ ਇਹ ਜ਼ਰੂਰ ਗੱਲ ਜ਼ਰੂਰ ਦੱਸਣੀ ਹੈ ਤੁਸੀਂ ਮੈਨੂੰ ਕਿ ਤੁਸੀਂ ਆਪਣਾ ਜਿਹੜਾ ਨੋਲਾ ਉਸ ਦਾ ਅਪਲਾਈ ਕੀਤਾ ਉਹ ਏਜੰਟ ਦੇ ਜ਼ਰੀਏ ਅਪਲਾਈ ਕੀਤਾ,
ਜਾਂ ਫਿਰ ਵਿਦਆਊਟ ਏਜੰਟ ਅਪਲਾਈ ਕੀਤਾ, ਥੱਲੇ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸੋ। ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਰੱਬ ਰਾਖਾ।